आउज़ु बिल्लाहि मिनश शैतानिर रजीम, बिस्मिल्लाहिर रहमानिर रहीम। लाखों करोड़ों दुरूद और सलाम मेरे नबी सल्लल्लाहु अलैहि वसल्लम पर और आप सल्लल्लाहु अलैहि वसल्लम की आल पर। पाकिस्तान ते दुनिया भर तो वेखन ते सुनन आरियां नु जनाब अस्सलाम अलैकुम। अस्सलाम अलैकुम जी। ठीक हो? ये घोड़ी है जी। अच्छा, गबन है जी। कितने आदमी ना जी? बनी अठा महीने। अठा महीने, माशाल्लाह। की मांग रहे हो? 2,60,000 रुपया। 2,60,000 रुपया जी। ठीक है, मुंह की है? 4 साल। 4 साल आई किस हाइट होनी है? 2,65 हाइट है। तो जी जनाब घोड़ी वेखनी है जनाब? पूरी तसल्ली घोड़ी वेख लैनी है, सिर तो लग के पैरा तक जनाब भरावा ने घोड़ी वेखनी है। 8 महीनों की बनी घोड़ी है जनाब। रंग पांच कल्याण। पांच कल्याण तो जी पांच कल्याण घोड़ी है जनाब। पूरी तसल्ली जनाब भरावा ने घोड़ी वेख लैनी है। माशाल्लाह जनाब, 8 महीनों की जनाब घोड़ी बनी हुई है। पांच कल्याण घोड़ी है जनाब। पूरी तसल्ली जनाब भरावा ने घोड़ी वेखनी है। माशाल्लाह जी, सिर तो लग के पैरों तक जनाब भरावा ने घोड़ी वेख लैनी है। ठीक, तो जी अपना नंबर बोल दो। नंबर लाओ जी कीम साहब। नंबर 0352-86-96-103। एक बार फिर बोल दो। 2,60,000। कितने का देना पे रेट? तो यार तू उ बैठे, तेरा ही है कि तू ही दे दे। अला घोड़ा तो है, रेट उन्हों का घोड़ा कितने का देना पे? घोड़ा बिक गया। बिक गया यार, कोई शायद अपनी रखना वीडियो में तेरे ना। हाँ एक है ही है, बछेरा घोड़ी है। ठीक है, एक है भी घोड़ी है। घोड़ा है, कितने दे देना पे घोड़ी? 1,40। 1,40 जेड़ी है ऐ बछेरे का डेढ़। ये की है मूंह का? 5 साल। अला देखो रेट समेत कितने का आई? ढाई लाख का। ठीक है, उंज 1.5 लाख का। केड़ी जगह तू आया? सारों की। ठीक है, नंबर की है थोड़ा? नंबर हाँ जी। नाओ ठीक हो? ठीक हो दादा। कि डेढ़ मांग रहे हो बछेरे का? नहीं, 1,80 मांग रहे। एक यार मुड़ा तो डेढ़ पे आखदा है। कौन डेढ़ है? प्यार डेढ़ आखदा है। हुन फिर तू तो डेढ़ आख्या, ओ 1,80 आ देने पे सही है ना? जरा वड्या ने आख दिता सही, जरा वड्या ने आख दिता। ठीक है, चलो नंबर अपना की है थोड़ा? नंबर की जी 17-82-31-218। एक बार फिर बोल दो। 0-317-82-31-218। ते
ਰਹਿਣੇ ਆਰੇ ਹੁੰਦੇ ਨੇ ਤੁਹਾਡੇ ਕੋਲ ਘੋੜੀਆਂ ਘੋੜੇ ਨਹੀਂ ਸਾਡੇ ਕੋਲ ਦੇਸੀ ਡੰਗਰ ਹੁੰਦੇ ਸਵਾਰੀ ਵਾਲੇ ਸਵਾਰੀ ਵਾਲੇ ਵੀ ਹੁੰਦੇ ਨੇਜ਼ਾਬਾਜ਼ੀ ਵਾਲੇ ਵੀ ਹੁੰਦੇ ਨੇ ਅੱਛਾ ਸਾਰੋ ਕੀ ਅਮਨ ਸ਼ਹਿਰਾਂ ਦੇ ਪਿੰਡ ਮਨਸ਼ਾ ਤਨਵੀਰ ਆਦਰ ਉਹਨਾਂ ਦੇ ਪਿੰਡ ਹੈ ਠੀਕ ਹੋ ਗਿਆ ਤੁਹਾਡੀ ਅੱਜ ਕੀ ਗੱਲ ਹੈ ਅੱਜ ਘੋੜੀਆਂ ਘੋੜੇ ਥੋੜੇ ਕਿਉਂ ਆਏ ਨੇ ਮੰਡੀ ਦੇ ਵਿੱਚ ਠੀਕ ਹੈ ਉਹ ਘੋੜੀ ਵੀ ਤੁਹਾਡੀ ਹੈ ਉਹਦਾ ਕੀ ਮੰਗਦੇ ਹੋ ਉਹਦਾ 4 ਲੱਖ 4 ਲੱਖ ਕੀ ਹੈ ਘੋੜੀ ਮੂੰਹ ਦੀ ਕੀ ਹੈ ਮੂੰਹ ਦੀ 5 ਉਹ ਘੋੜੀ ਦਿਖਾਓ ਜੀ ਹਾਂ ਮੂੰਹ ਦੀ 5 ਅੱਛਾ ਹਾਈਟ ਕੀ ਸੋ ਹਾਈਟ ਇਹ ਜੀ ਆਪੀ ਸ਼ਾਪੀ ਤਕਰੀਬਨ ਹੋਣੀ ਹੈ 45 ਕੋਈ ਹੋਣੀ ਹੈ ਉਹ ਨਾਜ਼ਰ ਨੇ ਤਰੀਕ ਆਏ ਤੇ ਆਪਣਾ ਦੌੜਨ ਆ ਰਹੀ ਹੈ ਜਾਂ ਨਹੀਂ ਨਹੀਂ ਅਸੀਂ ਕਣਕ ਦਾ ਸੀਜ਼ਨ ਆਉਂਦੇ ਸਾਡਾ 4-5 ਲੱਖ ਦਾ ਸੀਜ਼ਨ ਲਵਾ ਚਾ ਰੇੜੇ ਤੇ ਜੀ ਮਾਸ਼ਾ ਅੱਲਾ ਬਾਕੀ ਇੱਕ ਨਿੱਕੀ ਸਾਰੀ ਰੇੜੀ ਰੱਖੀ ਹੈ ਉਹ ਛੋਟਾ ਛੋਟਾ ਲੈ ਲਈ ਸ਼ੰਭੂ ਪੂਰਾ ਕਰ ਦੋ ਠੀਕ ਹੈ ਤੇ 4 ਲੱਖ ਜੀ 4 ਲੱਖ ਰੁਪਏ 4 ਲੱਖ ਰੁਪਏ ਮੋਲਾਂਗੇ ਕਿਹੜੀ ਜਗ੍ਹਾ ਤੋਂ ਆਇਓ ਮਲਕਪੁਰ ਮਲਕਪੁਰ ਤੁਹਾਡੀ ਸੀ ਰੇੜੀ ਦੇਖਦੇ ਰਹਿੰਦੇ ਯੂਟਿਊਬ ਤੇ ਅੱਛਾ ਠੀਕ ਹੈ ਬੜੀ ਮਿਹਰਬਾਨੀ ਜਨਾਬ ਨੰਬਰ ਕੀ ਹੈ ਆਪਣਾ ਮੇਰਾ 0312252043 ਇੱਕ ਵਾਰ ਫਿਰ ਬੋਲ ਦੋ 0312252043 ਠੀਕ ਹੈ ਮਲਕਪੁਰ ਤੋਂ ਜੀ ਜੀ ਸਹੀ ਹੈ ਠੀਕ ਹੈ ਹਾਲ ਹੋ ਗਿਆ ਲੋ ਜੀ ਜਨਾਬ ਘੋੜੀ ਵੀ ਵੇਖ ਲਈ ਹੈ ਭਰਾਵਾਂ ਨੇ ਜਨਾਬ ਹੈ ਹੁਣ ਘੋੜਾ ਦਿਖਾਉਂਦੇ ਹਾਂ ਭਰਾਵਾਂ ਨੂੰ ਅਸਲਾਮ ਅਲੈਕਮ ਜੀ ਕੀ ਹਾਲ ਹੈ ਜਨਾਬ ਅੱਲਾ ਪਾਕ ਦੀ ਰਹਿਮਤ ਲੋ ਜੀ ਆਦਰ ਲਿਆਵੋ ਜੀ ਕੀ ਮੰਗ ਰਹੇ ਹੋ ਘੋੜੇ ਦਾ ਘੋੜੇ 2 ਲੱਖ ਰੁਪਏ ਮੰਗਦੇ 2 ਲੱਖ ਪੂਰਾ ਦੋ ਕਾਪੀਆਂ ਭਜੀਆਂ ਭਜੀ ਠੀਕ ਹੈ ਕੀ ਹੈ ਮੂੰਹ ਦਾ ਮੂੰਹ 4 ਸਾਲ 4 ਸਾਲ ਹੈ ਮੂੰਹ ਦਾ ਹਾਈਟ ਕੀ ਸੋ ਅੰਦਾਜ਼ਾ ਨਾ ਹੋ ਗਈ ਕਿ 55 ਹੋਣਾ 55 ਨਾ ਨਹੀਂ 59 ਤੇ ਨਹੀਂ ਹੈ 55 ਹੋ ਸਕਦੀ ਹੈ ਠੀਕ ਹੈ 2 ਲੱਖ ਰੁਪਈਆ ਮੂੰਹ ਦਾ 4 ਦੱਸਿਆ ਜੀ ਕਿਹੜੀ ਜਗ੍ਹਾ ਤੋਂ ਆਇਓ ਗੁਜਰਾਲ ਸ਼ਹਿਰ ਜਾਂ ਨਾਲ ਪਿੰਡ ਸ਼ਹਿਰ ਦੇ ਵਿੱਚ ਵਪਾਰ ਕਰਦੇ ਹੋ ਨਹੀਂ ਬਾਈ ਦਾ ਹੀ ਮੇਰੀ ਨਾਲ ਲੱਗ ਨੂੰ ਸੱਟ ਲੱਗ ਗਈ ਹੈ ਅੱਛਾ ਅੱਛਾ ਮੈਂ ਕਿਹਾ ਹੁਣ ਦੇ ਲਈਏ ਮੇਰੇ ਕੋਲ ਨਹੀਂ ਸੰਭੇ ਜਾਂਦਾ ਪਿਆ ਹਾਂਜੀ ਗੱਲ ਹੈ ਸਾਰੀ ਗੱਲ ਹੈ ਜਿਹੜੇ ਵੰਦੇ ਹੋ ਹਾਂਜੀ ਜਿਹੜੇ ਸੰਗਲਾਂ ਵਾਲੇ ਠੀਕ ਹੈ ਕਰਿਆ ਢੋਣਿਆ ਦੇ ਅੱਛਾ ਅੱਛਾ ਠੀਕ ਹੈ ਤੇ ਕੀ ਕੋ ਮੁੱਲ ਲੱਗਿਆ ਹੁਣ ਤੱਕ ਹੁਣ ਤੱਕ 50-55 ਲੱਗਦਾ ਵੇ 50 ਨਹੀਂ ਤੇ ਡੇਢ ਦੇ ਅੱਗੇ ਪਿੱਛੇ ਮੁੱਲ ਲੱਗਦਾ ਨਹੀਂ 2 ਦਾ ਮੁੱਲ ਹੈ ਦੋ ਜੀ ਜਵਾਬ 2 ਲੱਖ ਰੁਪਈਆ ਮੁੱਲਾਂ ਵਿੱਚ ਜਨਾਬ ਘੋੜਾ 1,50,000 ਰੁਪਏ ਦਾ ਮੁੱਲ ਲੱਗਦਾ ਪਿਆ ਮੂੰਹ ਦਾ 4 ਹੈ ਜਨਾਬ ਹਾਈਟ ਜਨਾਬ ਤਕਰੀਬਨ 55-56 ਘੋੜਾ ਵੇਖਣਾ ਭਰਾਵਾਂ ਨੇ ਜਨਾਬ ਪੂਰੀ ਤਸੱਲੀ ਨਾਲ ਸਿਰ ਤੋਂ ਲਾ ਕੇ ਪੈਰਾਂ ਤੱਕ ਜਨਾਬ ਭਰਾਵਾਂ ਨੇ ਘੋੜਾ ਵੇਖਣਾ ਜੀ ਠੀਕ ਹੈ ਮਿਹਰਬਾਨੀ ਜਨਾਬ ਅਸਲਾਮ ਅਲੈਕਮ ਕੀ ਹਾਲ ਹੈ ਜਨਾਬ ਠੀਕ ਹੋ ਕੀ ਹਾਲ ਹੋਰ ਠੀਕ ਹੋ ਕੀ ਹਾਲ ਠੀਕ ਹੋ ਕੀ ਮੰਗ ਰਹੇ ਹੋ ਬਿਚਾਰੇ ਦਾ ਬਿਚਾਰਾ ਨਹੀਂ ਘੋੜਾ ਘੋੜੇ ਦਾ ਕੀ ਮੰਗਦੇ ਹੋ ਕੇ 2 ਲੱਖ ਮੂੰਹ ਦਾ ਕੀ ਹੈ ਮੂੰਹ ਦਾ 5 ਲੱਖ ਕੇ ਕੋ ਸਾਧ ਤੇ ਪਾਇਆ ਦੇ ਸ਼ਾਈਆਂ ਵਿੱਚ ਅੱਛਾ ਠੀਕ ਹੈ 6ਵੇਂ ਵਿੱਚ ਕੀ ਹੈ 6ਵੇਂ ਵਿੱਚ ਤੇ ਹਾਈਟ ਕੀ ਸੋ ਹਾਈਟ ਜੋ 7 ਗਿੱਠਾਂ ਅਸਾਂ ਫਿਤਨਾ ਕੋਨੇ ਮਾਰੇ ਹਾਂ ਠੀਕ ਹੈ ਤਕਰੀਬਨ 69-69 60 ਤੋਂ ਕੁਝ ਇੰਚ ਵੱਧ ਵੀ ਘਾਟ ਹਾਂ ਠੀਕ ਹੈ ਤੇ ਕੀ ਮੁੱਲ ਦੱਸਿਆ ਜੀ 2.5 ਨੇਜ਼ਾਬਾਜ਼ੀ ਹੈ ਜੀ ਨੇਜ਼ਾਬਾਜ਼ੀ ਵੀ ਹੈ ਖੇਡਦਾ ਵੀ ਹੈ ਅੱਛਾ ਖੇਡਦਾ ਵੀ ਹੈ
ਅੱਛਾ ਫਰਾਂਦੇ ਕੰਮ ਕਰਦਾ ਹੈ ਠੀਕ ਹੋ ਗਿਆ ਆਪਣੀ ਬੈਕ ਰਾਈਡਿੰਗ ਕਰਾਂਦਾ ਸਹੀ ਠੀਕ ਹੈ ਨੇਜ਼ਾ ਪਾਸੇ ਤੇ ਕੀ ਕੁਛ ਸਪੀਡ ਸੋ ਜੋ ਸਪੀਡ ਅਸਾਂ ਵਜਾਇਆ ਘੋੜਾ 4 ਮੇਲੇ ਅੱਛਾ ਤਕਰੀਬਨ ਸਤੋ ਮੈਂ ਨਬਾਰ ਨਿਕਾ ਇੱਥੇ ਨਹੀਂ ਕਰਨ ਲਗਾ ਹਾਂ ਸਨ ਲੈ ਆਂ ਤਕਰੀਬਨ ਘੋੜੇ ਨੂੰ 6-7 ਮਹੀਨੇ 6-7 ਮਹੀਨੇ 3 ਮੇਲੇ ਵਜਿਆ ਨਬਲ ਗਿਆ ਵਜਦਾ ਬੜਾ ਸੋਣਾ ਸਪੀਡ ਵੀ ਚੰਗੀ ਸੀ ਘੋੜੇ ਦੀ ਕੋਈ ਮੂੰਹ ਦਾ ਜ਼ੋਰ ਸ਼ੋਰ ਨਹੀਂ ਆ ਬਾਕੀ ਹੁਣ ਵੱਡੇ ਕੇ ਜਿਹਾ ਫੇਕ ਕਰਕੇ ਧਵਨੀ ਸੀ ਉਹ ਵਪਾਰੀ ਨੇ ਰਿਕਾਰਡ ਮਾਰ ਦਿੱਤੇ ਨੇ ਅੱਛਾ ਤੇ ਵਪਾਰ ਕਰਦੇ ਹੋ ਜਾਂ ਨਾ ਨਾ ਅਸਾਂ ਆਪਣੇ ਸ਼ੌਕ ਤੋਂ ਰੱਖਿਆ ਸ਼ੌਕ ਤੋਂ ਰੱਖਿਆ ਦੇ ਕਿੱਥੋਂ ਤੱਕ ਜਾਣਾ ਕਿੱਥੋਂ ਤੱਕ ਦੇ ਜਾਣਾ ਜੀ ਕਿੱਥੇ ਤੱਕ ਲੈਣਾ ਗੱਲ ਕਰੋ ਤੁਸੀਂ ਅਸੀਂ ਤੇ ਵੀਡੀਓ ਬਣਾਉਣੇ ਆ ਨਾ ਪੇ ਅਸੀਂ ਕਿਹੜਾ ਲੈਣਾ ਤਕਰੀਬਨ 2-3 ਦਾ ਘੋੜਾ ਦੇ ਛੱਡ 2-35 ਤੱਕ ਘੋੜਾ ਦੇ ਦੇਣਾ ਠੀਕ ਹੈ ਮਾਸ਼ਾਅੱਲਾ ਜਨਾਬ ਸੋਹਣਾ ਜਾਨਵਰ ਹੈ ਸੋਹਣਾ ਜਾਨਵਰ ਹੈ ਜਨਾਬ ਇਹਦੀ ਗੱਲ ਘੋੜਾ ਜਨਾਬ ਸੋਹਣਾ ਜਾਨਵਰ ਜਨਾਬ ਮੰਡੀ ਤੇ ਆਇਆ ਕੋਈ ਸ਼ੱਕ ਨਹੀਂ ਇਹਦੇ ਵਿੱਚ ਜਨਾਬ ਸੋਹਣਾ ਜਾਨਵਰ ਆਇਆ ਮੰਡੀ ਦੇ ਮੰਡੀ ਵਿੱਚ ਲੋ ਜੀ 2,30,000 ਰੁਪਏ ਤੱਕ ਘੋੜਾ ਲੱਭ ਜਾਣਾ ਜਨਾਬ ਉਹ 2.5 ਮੰਗਦੇ ਨੇ ਪੇ ਘੋੜਾ 2,30,000 ਤੱਕ ਲੱਭ ਜਾਣਾ ਤਕਰੀਬਨ 60 ਹਾਈਟ ਹੈ ਮੂੰਹ ਦਾ ਜਨਾਬ 5 ਗੁਜ਼ਰ ਚੁੱਕੇ ਨੇ 6 ਲੱਗ ਗਿਆ ਪੂਰੀ ਤਸੱਲੀ ਨਾਲ ਜਨਾਬ ਭਰਾਵਾਂ ਨੇ ਘੋੜਾ ਵੇਖ ਲੈਣਾ ਠੀਕ ਹੋ ਗਿਆ ਲੋ ਜੀ ਅੱਛਾ ਜੀ ਆਪਣਾ ਨਾ ਨੰਬਰ ਦੱਸ ਦਿਓ ਹਾਂ 06-88-32 ਇਸ ਵਾਰ ਫੇਰ ਬੋਲ ਦਿਓ 03-42-68-88-32 ਲੋ ਜੀ ਅਗਰ ਕਿਸੇ ਨੇ ਤੁਸੀਂ ਰਾਬਤਾ ਕਰ ਸਕਦੇ ਹੋ ਜੇ ਤਾਂ ਮੰਡੀ ਵਿੱਚ ਨੇ ਜੇ ਵਿਕ ਗਿਆ ਤੇ ਜੇ ਨਾ ਵਿਕਿਆ ਤੇ ਜਨਾਬ ਤੁਸੀਂ ਰਾਬਤਾ ਕਰ ਸਕਦੇ ਹੋ ਉਂਝ ਸਭ ਸਹੀ ਲੈਣਾ ਬਿਲਕੁਲ ਠੀਕ ਹੋ ਜੀ ਇਹ ਸਹੀ ਹੈ ਠੀਕ ਹਾਂ ਬਣਾਓ ਨਾ ਤੁਸੀਂ ਵੀਡੀਓ ਹਾਂਜੀ ਕੀ ਮੰਗ ਰਹੇ ਹੋ ਘੋੜੇ ਦਾ 2.5 ਲੱਖ ਕੀ ਹੈ ਮੂੰਹ ਦਾ 6-7 ਸਾਲ ਦਾ ਘੋੜਾ 7 ਸਾਲ ਦਾ 2.5 ਲੱਖ ਰੁਪਇਆ ਆਇਟ ਤੇ ਕੀ ਸੁ ਤਕਰੀਬਨ ਠੀਕ ਹੈ 2.5 ਲੱਖ ਰੁਪਇਆ ਮੂੰਹ ਦਾ 6-7 ਤੇ ਵਪਾਰ ਕਰਦੇ ਹੋ ਅੱਛਾ ਡਾਂਸਰ ਵੀ ਹੈ ਡਾਂਸਰ ਨੇਜ਼ਾਬਾਜ਼ੀ ਵੀ ਆਈ ਆ ਸਿਰਫ ਠੀਕ ਹੈ ਉਹਨੇ ਉਹ ਸਵਾਰੀ ਸਵਾਰੀ ਯਾਰ ਆਇਆ ਸਵਾਰੀ ਯਾਰ ਤੇ ਡਾਂਸਰ 2.5 ਲੱਖ ਉਹਦੇ ਫਾਈਨਲ ਕੀ ਕੋਈ ਪ੍ਰੋਗਰਾਮ ਜੇ ਕਿੱਥੋਂ ਤੱਕ ਦੇ ਦੋ ਦੇ ਅੱਗੇ ਪਿੱਛੇ ਦੇ ਦਿਓ ਤੇ ਕਿਹੜੀ ਜਗ੍ਹਾ ਤੋਂ ਆਇਓ ਬੋਲੇ ਆ ਰਿਪੋਰਟ ਤੋਂ ਜੀ ਨੰਬਰ ਕੀ ਹੈ ਆਪਣਾ 03-34 ਜੀ 03-34 47 0-41 ਫਿਰ ਬੋਲ ਦਿਓ 03-34 47-77-0-81 ਜੀ ਸਹੀ ਹੈ ਠੀਕ ਇਹਦੇ ਵੀ ਬਣਾ ਲੈਂਦੇ ਹਾਂ ਜਨਾਬ ਸਲਾਮ ਅਲੈਕਮ ਜੀ ਕੀ ਮੰਗ ਰਹੇ ਹੋ ਘੋੜੇ ਦਾ 81 ਕੀ ਅਮਾਊਂਟ ਦਾ ਜਵਾਨ
ਜਵਾਨ ਤੇ ਹਾਈਟ ਕੀ ਹੋਈ ਸੀ ਤੁਸੀਂ? 62 ਹਾਈਟ। 1,80,000 ਰੁਪਇਆ। ਤੇ ਕਿਹੜੀ ਜਗ੍ਹਾ ਤੋਂ ਆਏ ਹੋ? ਫੁੱਲਰਵਾਨ। ਫੁੱਲਰਵਾਨ ਆਪ ਵਪਾਰ ਕਰਦੇ ਹੋ? ਸਾਰਾ ਕੁਝ ਕਰ ਲਈ। ਅੱਛਾ, ਸਾਰਾ ਕੁਝ। ਘੋੜੀਆਂ ਘੋੜਿਆਂ ਦਾ ਜਾਂ ਕੋਈ ਮੱਝਾਂ ਛੱਜਾਂ ਦਾ ਵੀ? ਘੋੜੀਆਂ ਘੋੜਿਆਂ ਦਾ ਕਰਦੇ ਹੋ ਵਪਾਰ। ਨੰਬਰ ਕੀ ਆਪਣਾ? 0343-92-26-722। ਫੁੱਲਰਵਾਨ ਤੋਂ। ਲਓ ਜੀ ਜਨਾਬ, ਘੋੜਾ ਦੇਖਣਾ ਜਨਾਬ ਭਰਾਵਾਂ ਨੇ ਪੂਰੀ ਤਸੱਲੀ ਨਾਲ। ਜਨਾਬ ਨੰਬਰ ਜਨਾਬ ਭਰਾਵਾਂ ਨੂੰ ਦੱਸਿਆ। ਘੋੜੀਆਂ ਘੋੜੇ ਜਨਾਬ ਕਿਸੇ ਨੂੰ ਚਾਹੀਦੇ ਹੋਣ ਤਾਂ ਤੁਸੀਂ ਜਨਾਬ ਇਹਨਾਂ ਨਾਲ ਰਾਬਤਾ ਕਰ ਸਕਦੇ ਹੋ। ਮਾਸ਼ਾਅੱਲਾ ਜੀ, ਘੋੜਾ ਭਰਾਵਾਂ ਨੇ ਵੇਖ ਲੈਣਾ ਪੂਰੀ ਤਸੱਲੀ ਨਾਲ। ਜੀ ਆ ਭਾਈ ਕੋਲ ਘੋੜੀ ਹੈ। ਰਾਮ ਲਾਕਮ, ਰਾਮ ਲਾਕਮ ਜੀ, ਕੀ ਹਾਲ ਹੈ ਜੀ? ਠੀਕ ਹੋ? ਕੀ ਮੰਗ ਰਹੇ ਹੋ ਘੋੜੀ ਦਾ? 60? ਅੱਛਾ, ਕੀ ਹੈ ਮੂੰਹ ਦੀ? ਪੰਜ ਹੈ। ਕੀ ਸੌ? 42-43 ਹੋਵੇ ਜੀ ਆਇਟ। ਤੇ 60,000? 60,000, ਸਿਰਫ 60,000? ਹਾਂਜੀ। ਅੱਛਾ, ਠੀਕ ਹੋ ਗਿਆ। ਤੇ ਕੀ ਟਾਂਗੇ ਸ਼ਾਂਗੇ ਲੱਗੀ ਹੈ? ਹਾਂਜੀ, ਰੇੜੇ ਲੱਗੀ ਹੈ। ਸਤਿ ਕਿਹੜੀ ਜਗ੍ਹਾ ਤੋਂ ਆਇਓ? ਸਿਆਲਕੋਟ ਤੋਂ ਆਏ। ਸਿਆਲਕੋਟ ਤੋਂ ਵਪਾਰ ਕਰਦੇ ਹੋ? ਮੈਂ ਹੀ ਵਪਾਰ ਨਹੀਂ ਕਰੇ, ਪਹਿਲੀ ਵਾਰੀ ਆਏ ਇਹਦੇ 'ਚ ਰੱਖੀ ਸੀ ਨਾ, ਮੱਝਾਂ ਵੇਚ ਕੇ। ਅੱਛਾ ਅੱਛਾ, ਠੀਕ ਹੈ। ਉਂਝ ਚੜ੍ਹਨ ਛੜਨ ਵਾਲੀ ਸਵਾਰੀ ਆ ਰਹੀ ਵੀ ਠੀਕ ਹੈ? ਹਾਂਜੀ। ਤੇ ਕੀ ਕੁ ਲੱਗਿਆ ਹੁਣ ਤੱਕ? ਕੋਈ 45 ਦਿੰਦਾ ਜੇ। ਅੱਛਾ, ਕੋਈ 47 ਦਿੰਦਾ। ਕਿਉਂ 45-47? ਕਿਉਂ? ਉਂਝ ਲੱਤਾਂ ਛੱਤਾਂ ਬਿਲਕੁਲ ਠੀਕ ਨੇ? ਥੋੜਾ ਜਿਹਾ ਸਿਰਫ ਇਹਦੇ 'ਚ ਫਾਲਟ। ਕੀ ਮੰਗ ਰਹੇ ਹੋ ਘੋੜੀ ਦਾ? ਘੋੜੀ ਦਾ ਜੀ 1,40 ਮੰਗਿਆ। 1,40? ਮੂੰਹ ਦੀ ਕੀ ਹੈ? ਮੂੰਹ ਚ ਜਵਾਨ ਹੈ ਹੁਣ, ਸਾਰੇ ਨੰਨਾਂ ਛਾਈ ਮਾਰ ਕੇ ਆਉਂਦੀ ਸੀ। ਅੱਛਾ, 5 ਸਾਲ ਹੈ ਮੂੰਹ ਦੀ? 5 ਸਾਲ। 1,40? ਤਕਰੀਬਨ ਹਾਈਟ ਹੈ 145। ਨੰਬਰ ਤੁਸੀਂ ਆਪਣਾ ਬੋਲਦੇ? 0303-6362-7787। ਇੱਕ ਵਾਰ ਫਿਰ ਬੋਲ ਦਿਓ। 0303-6362-7787। ਤੇ ਅੱਜ ਇੱਥੇ ਕੁਝ ਲੈ ਕੇ ਆਇਓ ਕਮਾਲ? ਅੱਜ ਆਂਦਾ 2 ਵਜੇ ਦਿੱਤੇ ਨੇ ਮਾਲ ਕਾਰਖਾਨਾ। ਕਿਤਨਾ ਕਮਾਲ ਜੇ ਮਾਲ ਹੈ? 6 ਡੰਗਰ। 6 ਡੰਗਰ ਨੇ? ਘੋੜੇ ਨੇ? ਘੋੜੇ ਨੇ ਜਾਨਵਰ ਇਹਨਾਂ ਦੇ ਕੋਲ ਹੈ ਨੇ। ਤੇ ਅਗਰ ਕਿਸੇ ਭਰਾ ਨੇ ਜਨਾਬ ਚਾਹੀਦੇ ਹੋਣ ਤਾਂ ਤੁਸੀਂ ਇਹਨਾਂ ਨਾਲ ਰਾਬਤਾ ਕਰ ਸਕਦੇ ਹੋ।
ਹਾਂਜੀ ਕੀ ਮੰਗਦੇ ਹੋ ਪੈਦਾ? ਲੱਖ ਪੂਰਾ ਕੀ ਹੈ ਮੂੰਹ ਦਾ? ਮੂੰਹ ਦਾ ਕੀ ਹੈ? ਕੀ ਦੇਣਾ ਪਿਆ ਤੂੰ? ਘੋੜੀ ਲਵਾਨੀ ਹੈ? ਅੱਛਾ ਉਹ ਨੀ ਨਾ ਲਾਉਂਦਾ ਹੋਣਾ ਯਾਰ, ਲੱਖ ਮੰਗਦੇ ਹੋ? ਕੀ ਮੂੰਹ ਦਾ ਕੀ ਆ? ਪੰਜ ਸਾਲ ਪੂਰਾ, ਪੰਜ ਸਾਲ ਹਾਈਟ ਕੀ ਸੂ? ਹੈਂ ਤਕਰੀਬਨ 45-47 ਹਾਈਟ ਹੈ। ਲੱਖ ਰੁਪਈਆ ਪੰਜ ਸਾਲ, ਮੂੰਹ ਦਾ ਪੰਜ, ਠੀਕ ਹੋ ਗਿਆ।